ਜੋ ਇਸ ਮੰਦ ਬੁੱਧੀ ਇਨਸਾਨ ਨੇ ਜੋ ਇਸ ਮਨ ਬੁੱਧੀ ਇਨਸਾਨ ਨੇ ਜਿਹਦੀ ਮੰਮੀ ਇਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੀ ਹੈ, ਉਹਨੇ ਹਿੰਦੁਸਤਾਨ ਦੇ ਬਾਰੇ ਕੀ ਬੋਲਿਆ? ਜਿਹੜੇ ਸਿੱਖ ਹੈ ਉਹਨਾਂ ਨੂੰ ਆਜ਼ਾਦੀ ਨਹੀਂ ਹੈ, ਕੜਾ ਪਾਉਣ ਦਾ ਅਧਿਕਾਰ ਨਹੀਂ ਹੈ, ਪੱਗ ਬੰਧਣ ਦਾ ਅਧਿਕਾਰ ਨਹੀਂ ਹੈ। ਇਹ ਹਿੰਦੁਸਤਾਨ ਦੇ ਮੇਜਰ ਨਿਊਜ਼ ਚੈਨਲ ਇੱਥੇ ਹੈਗੇ ਹੈ, ਇਹਦੇ 'ਚ ਕੁਛ ਸੱਚ ਹੈਗਾ, ਇਹਦੀ ਵਿਆਖਿਆ ਤੁਸੀਂ ਖੁਦ ਕਰ ਦੇਣਾ ਚੈਨਲ 'ਤੇ ਜਾ ਕੇ। ਦੋਸਤੋ, ਪਹਿਲਾਂ 370 ਲਗਾ ਕੇ ਇਹਨਾਂ ਨੇ ਕਤਲੇਆਮ ਮਚਾਇਆ, ਫਿਰ ਇਹਨਾਂ ਨੇ ਕਸ਼ਮੀਰ 'ਚ ਨਰਸਹਾਰ ਕਰਾਇਆ। ਕੋਈ ਵੀ ਸਟੇਟ ਦੇਖ ਲਓ ਜਿੱਥੇ ਇਹਨਾਂ ਨੇ ਡਿਵੀਜ਼ਨ ਨਹੀਂ ਕੀਤੀ। 1984 ਦੇ ਵਿੱਚ ਕੀ ਕਿਹਾ ਰਾਜੀਵ ਗਾਂਧੀ ਨੇ? ਜਬ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। ਦੋਸਤੋ, ਜਾਤੀ ਪਾਤੀ ਦੇ ਨਾਮ 'ਤੇ, ਸਿੱਖਾਂ ਦੇ ਨਾਮ 'ਤੇ ਇਹ ਸਿਰਫ ਡਿਵੀਜ਼ਨ ਕਰਨਾ ਚਾਹੁੰਦੇ ਆ ਹਿੰਦੁਸਤਾਨ ਦੀ। ਇਹਦੇ ਇਲਾਵਾ ਨਾ ਇਹਨਾਂ ਦਾ ਕੋਈ ਪਰਪਜ਼ ਹੈ ਔਰ ਨਾ ਇਹਨਾਂ ਦੀ ਕੋਈ ਬੁੱਧੀ ਹੈ ਵੀ ਹਿੰਦੁਸਤਾਨ ਨੂੰ ਇੱਦਾਂ। ਤੁਹਾਨੂੰ 60 ਸਾਲ ਮਿਲੇ ਸੀ ਰਾਜ ਕਰਨ ਨੂੰ, ਹਿੰਦੁਸਤਾਨ ਨੂੰ ਬੁਲੰਦੀਆਂ 'ਤੇ ਲੈ ਜਾਂਦੇ, ਉੱਥੇ ਤੁਸੀਂ ਹਿੰਦੁਸਤਾਨ ਨੂੰ ਕਰਪਸ਼ਨ ਦੇ ਅੱਡੇ 'ਚ ਫਸਾ ਕੇ ਮਾਰਤਾ। ਕਿੰਨੀ ਕਰਪਸ਼ਨ ਹੋਈ ਪਬਲਿਕ ਨੇ ਦੇਖਿਆ। ਅੱਜ ਤੀਸਰੀ ਵਾਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ। ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨਹੀਂ ਹੈ, ਇੱਕ ਵਰਲਡ ਫੇਮਸ ਲੀਡਰ ਹੈ। ਅੱਜ ਦੁਨੀਆ 'ਚ ਕਿਤੇ ਲੜਾਈ ਹੁੰਦੀ ਹੈ, ਕਿਤੇ ਸਮਝੌਤਾ ਹੁੰਦਾ ਹੈ, ਉੱਥੇ ਸਾਡੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਜਾਂਦਾ ਹੈ। ਕੋਈ ਪ੍ਰੋਬਲਮ ਹੁੰਦੀ ਹੈ, ਅੱਜ ਇਨਵਾਇਰਮੈਂਟ ਦਾ ਇੰਨਾ ਵੱਡਾ ਇਸ਼ੂ ਹੈ, ਸਾਡੇ ਪ੍ਰਧਾਨ ਮੰਤਰੀ ਨੂੰ ਹਰ ਜਗ੍ਹਾ ਬੁਲਾਇਆ ਜਾਂਦਾ ਹੈ, ਪਰ ਇਹਨੂੰ ਕੋਈ ਬੁਲਾਉਂਦਾ ਨਹੀਂ। ਇਹ ਜਗ੍ਹਾ ਜਗ੍ਹਾ ਜਾ ਕੇ ਜਿੱਦਾਂ ਡੋਗੀ ਨਹੀਂ ਕਰਦਾ, ਇਹ ਡੋਗੀ ਦਾ ਦੂਸਰਾ ਰੂਪ ਹੈ। ਇਹ ਦੇਖੋ, ਇਹ ਫੋਟੋ ਦੇਖ ਲਓ ਤੁਸੀਂ, ਧਿਆਨ ਨਾਲ ਇੱਧਰ ਕਰ ਲਓ ਯਾਰਾ। ਇਹ ਗਰਦਾਰ ਦੀ ਫੋਟੋ ਖਿੱਚ ਲਓ ਯਾਰਾ ਪਹਿਲਾਂ। ਇਹ ਹੁਣ ਗਰਦਾਰੀ ਚੱਲਣ ਨਹੀਂ ਦਾਂਗੇ। 1947 ਦੇ ਵਿੱਚ ਇਹਦਾ ਜਿਹੜੇ ਨਾਨਾ ਜੀ ਸੀ, ਹੇਰਾ ਫੇਰੀ ਨਾਲ ਪ੍ਰਾਈਮ ਮਿਨਿਸਟਰ ਬਣ ਗਏ। ਹੁਣ ਅਸੀਂ ਇਹਨਾਂ ਨੂੰ ਹੇਰਾ ਫੇਰੀ ਨਾਲ ਪ੍ਰਾਈਮ ਮਿਨਿਸਟਰ ਨਹੀਂ ਬਣਨ ਦਾਂਗੇ। ਇਹ ਕਾਂਗਰਸ ਦੇ ਵੀ ਸਾਰੇ ਬੰਦੇ ਸੁਣ ਲੈਣ, ਉਹ ਵੀ ਸੁਣ ਲੈਣ, ਜਿਹੜੀ ਇਹਨਾਂ ਨੇ ਕਰਪਸ਼ਨ ਮਚਾਈ ਸੀ, ਜਿਹੜੇ ਹਿੱਸੇ ਆਉਂਦੇ ਹੀ ਉਹ ਹੋ ਗਏ ਬੰਦ। ਹੁਣ ਇਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ। ਦੱਸੋ, ਇੱਕ ਨਵਾਂ ਕੱਟਤਾ ਜੀ, ਹੁਣ ਇਹ ਜਾ ਕੇ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਵੀ ਅਸੀਂ ਰਿਜ਼ਰਵੇਸ਼ਨ ਖਤਮ ਕਰ ਦਾਂਗੇ। ਪਾਰਲੀਮੈਂਟ 'ਚ ਕੀ ਬੋਲਦੇ ਹੈ? ਸੰਵਿਧਾਨ ਖਤਰੇ 'ਚ ਹੈ, ਔਰ ਉੱਥੇ ਜਾ ਕੇ ਕਹਿੰਦੇ ਹੈ ਅਸੀਂ ਸੰਵਿਧਾਨ ਖਤਮ ਕਰ ਦਾਂਗੇ। ਸੰਵਿਧਾਨ ਕੀ ਖਤਮ ਕਰਨਗੇ? ਇਹਨਾਂ ਨੂੰ ਖੁਦ ਹੀ ਸੰਵਿਧਾਨ ਦੀ ਨਾ ਨੌਲੇਜ ਆ, ਇਹਨਾਂ ਨੂੰ ਪੜ੍ਹਨੇ ਪਤਾ ਵੀ ਸੰਵਿਧਾਨ ਦੇ ਵਿੱਚ ਹੁੰਦੇ ਕਿੰਨੇ ਹੈ। ਅੱਜ ਚੰਡੀਗੜ੍ਹ ਹੀ ਨਹੀਂ, ਸਾਰੇ ਦੇਸ਼ ਕੇ ਅੰਦਰ ਰਾਹੁਲ ਗਾਂਧੀ ਜੀ ਕੀ ਬਿਆਨਬਾਜ਼ੀ ਕੇ ਉੱਪਰ ਅੱਜ ਸਭ ਜਗ੍ਹਾ ਇਸੀ ਤਰੀਕੇ ਸੇ ਪ੍ਰੋਟੈਸਟ ਹੋ ਰਹੇ ਹੈ। ਇੱਕ ਸਮੇਂ ਥਾ, ਮੈਂ ਯਾਦ ਕਰ ਰਹਾ ਥਾ ਕਿ ਜਬ ਅਟਲ ਬਿਹਾਰੀ ਵਾਜਪੇਈ ਜੀ ਲੀਡਰ ਆਫ ਆਪੋਜੀਸ਼ਨ ਹੋਤੇ ਥੇ, ਤਬ ਕੇ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਉਨਕੋ ਕਹਾ ਥਾ ਕਿ ਆਪ ਜਾ ਕਰ UN ਕੇ ਅੰਦਰ ਆਪਣੇ ਦੇਸ਼ ਕੀ ਬਾਤ ਰੱਖੇ, ਆਪਸੇ ਬਿਹਤਰ ਕੌਣ ਕਰ ਸਕਤਾ ਹੈ। ਇੱਕ ਲੀਡਰ ਆਫ ਆਪੋਜੀਸ਼ਨ ਕੇ ਲੀਏ ਵੀ ਕਿਸ ਤਰੀਕੇ ਸੇ ਕਾਰਿਆ ਕੀਆ ਭਾਰਤੀ ਜਨਤਾ ਪਾਰਟੀ ਕੇ, ਉਹ ਐਸੇ ਸ਼ਖਸ ਥੇ ਜਿਨਕੋ ਦੁਨੀਆ ਰਿਸਪੈਕਟ ਕਰਤੀ ਥੀ। ਔਰ ਆਜ ਲੀਡਰ ਆਫ ਆਪੋਜੀਸ਼ਨ ਕਾ ਰੂਪ ਆਪ ਦੇਖੇਂਗੇ ਕਿ ਲੀਡਰ ਆਫ ਆਪੋਜੀਸ਼ਨ ਦੁਨੀਆ ਕੇ ਦੂਸਰੇ ਦੇਸ਼ ਮੇਂ ਜਾਤਾ ਹੈ ਔਰ ਵਹਾਂ ਜਾ ਕਰ ਆਪਣੇ ਦੇਸ਼ ਕੇ ਬਾਰੇ ਮੇਂ ਐਸੀ ਉਲਟ ਬਿਆਨਬਾਜ਼ੀ ਕਰਤਾ ਹੈ। ਅਰੇ ਭਾਈ, ਰਾਜਨੀਤੀ ਕਰਨੀ ਹੈ, ਆਪਣੇ ਖੇਤਰ ਮੇਂ ਵਾਪਸ ਆਓ। ਰਾਜਨੀਤੀ ਕਰਨੇ ਕੇ ਬਹੁਤ ਆਯਾਮ ਯਹਾਂ ਪਰ ਮਿਲਤੇ ਹੈਂ।
दूसरे देश में जाकर अपने देश के प्रति ऐसी भाषा का इस्तेमाल करना ये राजनीति नहीं है, ये मूर्खता है, ये बेवकूफ़ी है। मैं तो इसको कहूँगा इससे बड़ी धूर्तता नहीं हो सकती कि जो अपनी थाली में ही छेद करे, जिसने जिसका नमक खाया है आप उसके साथ नमक हरामी कर रहे हैं। मैं कहता हूँ ऐसे व्यक्ति का बहिष्कार करना चाहिए। उस बहिष्कार की वजह से आज सब लोग यहाँ पर इकट्ठे हुए हैं। मेरा मानना है कि जिस तरीके से उन्होंने पंजाबी कम्युनिटी का उन्होंने अपमान किया और सिख भाईचारे का खास तौर के ऊपर कि कोई सिख जो है वो उसको पगड़ी डालने का अधिकार नहीं है, कड़ा पहनने का अधिकार नहीं है, गुरुद्वारे जाने का अधिकार नहीं है। मैं आज पूछना चाहता हूँ सारे देश के पंजाबी भाईचारे से, खास तौर के ऊपर अपने सिख भाइयों से, कभी किसी को किसी ने रोका है यहाँ पे? इनको मुंह तोड़ जवाब देना चाहिए ऐसी हरकत करने का। और दूसरी तरफ आप देखेंगे जम्मू कश्मीर में उन अलगाववादियों के साथ हाथ मिला रहे हैं और कह रहे हैं कि हम 370 को वापस लाएंगे। जो भाषा पाकिस्तान के लोग बोल रहे हैं वही भाषा वहां पर ये लोग बोल रहे हैं। आज देशवासियों को इस चीज के बारे में सोचना पड़ेगा कि ये देश को जोड़ने का काम कर रहे हैं या देश को तोड़ने का काम कर रहे हैं। मेरी आपके चैनल के माध्यम से सबसे अपील है कि राहुल गांधी के इस तरह की ये जो बयानबाजी है उसके बारे में आप भी आज सड़कों पर जरूर जाएं और इसके बारे में जनता को जो है इस चीज़ के बारे में ज़रूर बताएं। मैं आज अपने सारे कार्यकर्ताओं का जो यहाँ पर एकत्रित हुए हैं, मैं भारतीय जनता पार्टी की तरफ से मैं उनका आभार व्यक्त करता हूँ।